ਚਾਹੁੰਦੇ ਸੀ ਕਿ ਤੁਹਾਡੇ ਕੋਲ ਇਹ ਤੋਂ ਪਹਿਲਾਂ ਆਈਏ ਕੋਈ ਨਾ ਕੋਈ ਡਿਚਰਜੇਵਾ ਹੋ ਜਾਵੇ ਕਿਉਂਕਿ ਪੂਰੇ ਪੰਜਾਬ ਦੇ ਲੋਕ ਬੁਲਾ ਰਹੇ ਨੇ ਆਪਣੀ ਯੂਨੀਅਨ ਹੈ ਮਜ਼ਦੂਰ ਮੁਕਤੀ ਮੋਰਚਾ ਸੁਣ ਲਓ ਯੂਨੀਅਨ ਦਾ ਨਾਂ ਆਪਣੀ ਨਾ ਮਜ਼ਦੂਰ ਮੁਕਤੀ ਮੋਰਚਾ ਅਸੀਂ ਕਾਮਰੇਡ ਹੁੰਦੇ ਹਾਂ ਲਾਲ ਝੰਡੇ ਵਾਲੇ ਕਾਮਰੇਡਾਂ ਦਾ ਨਾਂ ਤਾਂ ਸੁਣਿਆ ਹੁਣ 13 ਮਈ ਤੋਂ ਅਸੀਂ ਪੰਜਾਬ ਦੇ ਵਿੱਚ ਇੱਕ ਮੁਹਿੰਮ ਚਲਾਈ ਮਾਨਸਾ ਸ਼ਹਿਰ ਚੋਂ ਉਸ ਮੁਹਿੰਮ ਦਾ ਅਸੀਂ ਨਾਂ ਰੱਖਿਆ ਔਰਤ ਕਰਜ਼ਾ ਮੁਕਤੀ ਅੰਦੋਲਨ ਮਾਜੋ ਭੈਣੋ ਸੋਗੇ ਨਾਲ ਇਹ ਮੁਹਿੰਮ ਇਹ ਅੰਦੋਲਨ ਸਾਨੂੰ ਕਿਉਂ ਛੇੜਨਾ ਪਿਆ ਜਿਹਦੇ ਵਿੱਚ ਅਸੀਂ ਮੰਗ ਕੀਤੀ ਕਿ ਸਰਕਾਰ ਨੇ ਜਿਵੇਂ ਅਮੀਰਾਂ ਦਾ ਕਰਜ਼ਾ ਮਾਫ਼ ਕੀਤਾ ਐਸੇ ਢੰਗ ਨਾਲ ਪਿੰਡਾਂ ਸ਼ਹਿਰਾਂ ਦੀਆਂ ਗਰੀਬ ਔਰਤਾਂ ਦੇ ਸਿਰ ਪ੍ਰਾਈਵੇਟ ਫਾਈਨਾਂਸ ਦੇ ਬੈਂਕਾਂ ਦਾ ਕਰਜ਼ਾ ਅਮੀਰਾਂ ਦਾ ਦੀ ਤਰ੍ਹਾਂ ਸਾਡੀਆਂ ਮਾਵਾਂ ਭੈਣਾਂ ਦੇ ਸਿਰ ਜਿਹੜਾ ਕਰਜ਼ਾ ਇਹ ਕਰਜ਼ਾ ਵੀ ਮਾਫ਼ ਕਰੇ ਸਰਕਾਰ ਸ਼ੁਰੂ ਕੀਤਾ ਤੁਹਾਡੇ ਯਾਦ ਆ ਸਾਰਿਆਂ ਦੇ ਅੱਜ ਕਿੰਨੀ ਤਰੀਕ ਹੋ ਗਈ 16 ਸਿਰਫ 7 ਦਿਨ ਰਹਿ ਗਏ 5 ਮਹੀਨੇ ਮੋਣ ਚ ਜਦੋਂ ਸਰਕਾਰ ਨੇ ਆਪਾਂ ਨੂੰ ਇਹਦੇ ਘਰਾਂ ਚੋਂ ਨਾ ਨਿਕਲਿਓ ਤੁਹਾਨੂੰ ਘਰਾਂ ਚ ਰਾਸ਼ਨ ਵੀ ਭੇਜਾਂਗੇ ਤੇ ਤੁਹਾਡੇ ਖਾਤਿਆਂ ਚ ਪੈਸੇ ਵੀ ਪਾਵਾਂਗੇ ਜਮਾਂ ਦਿੱਕਤ ਆਉਣ ਨਹੀਂ ਦਿੰਦੇ ਤੁਹਾਨੂੰ ਪਰ ਘਰਾਂ ਚੋਂ ਅੱਜ 5 ਮਹੀਨੇ ਹੋਣ ਜਾ ਰਹੇ ਨੇ ਤੇ ਮਾਈਓ ਭੈਣੋ ਕਿੰਨਾ ਕੁ ਤੁਹਾਡੇ ਕੋਲ ਰਾਸ਼ਨ ਆ ਗਿਆ ਕਿੰਨਾ ਕੁ ਤੁਹਾਡੇ ਕੋਲ ਪੈਸਾ ਆ ਗਿਆ ਇਹ ਤਾਂ ਤੁਹਾਨੂੰ ਪਤਾ ਮੈਨੂੰ ਦੀ ਵਿਆਖਿਆ ਕਰਨ ਦੀ ਲੋੜ ਅੱਜ ਦੇ 4-7 ਵਜੇ ਤੱਕ ਆਪਾਂ ਨੂੰ ਖੁੱਲ ਮਿਲੀ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਬਿਮਾਰੀ ਖਤਮ ਹੋ ਗਈ ਡਿਸਪੈਲ ਜੋ ਲੁਧਿਆਣਾ ਤੁਹਾਡੀ ਮੈਡਮ ਜੀ ਕੀ ਸਮੱਸਿਆ ਮੇਰੀ ਸਮੱਸਿਆ ਇਹ ਹੈ ਵੀ ਜਿਹੜਾ ਕੰਪਨੀ ਫਾਈਨਾਂਸ ਕੰਪਨੀਆਂ ਤੋਂ ਸਾਡਾ ਲੋਨ ਲਿਆ ਹੋਇਆ ਉਹ ਸਾਡਾ ਕੈਪਟਨ ਸਰਕਾਰ ਮਾਫ ਕਰੇ ਜਦੋਂ ਇਹ ਅਮੀਰ ਲੋਕਾਂ ਦਾ ਕਰਜ਼ਾ ਮਾਫ਼ ਕਰ ਸਕਦੀ ਹੈ ਤਾਂ ਸਾਡੇ ਗਰੀਬ ਲੋਕਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ ਜਾ ਸਕਦਾ ਜਿਹੜੇ ਪ੍ਰਾਈਵੇਟ ਕੰਪਨੀਆਂ ਦੇ ਏਜੰਟ ਤੁਹਾਡੇ ਘਰ ਵਿੱਚ ਕਿਸ਼ਤ ਲੈਣ ਆਉਂਦੇ ਨੇ ਉਹ ਕੀ ਕਹਿੰਦੇ ਨੇ ਤੁਹਾਨੂੰ ਘਰ ਵਿੱਚ ਆ ਕੇ ਉਹ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਸਾਨੂੰ ਦਲੀਲ ਕਰਦੇ ਆ ਕਿ ਕਿਸ਼ਤ ਭਰੋ ਸਾਡੇ ਸਮਾਨ ਨੂੰ ਹੱਥ ਪਾਉਂਦੇ ਆ ਮੇਰੇ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਦੇ ਆ ਅਸੀਂ ਦੋਵੇਂ ਮੀਆਂ ਬੀਬੀ ਹੈਂਡੀਕੈਪਟ ਆ ਸਾਡੇ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਅਸੀਂ ਇਹਨਾਂ ਦਾ ਕਰਜ਼ਾ ਨਹੀਂ ਭਰ ਸਕਦੇ ਅਸੀਂ ਇੱਥੇ ਸਟੇਡੀਅਮ ਦੇ ਵਿੱਚ ਇਕੱਠ ਕੀਤਾ ਗਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਅਸੀਂ ਪਿਛਲੇ 13 ਮਈ ਤੋਂ ਇੱਕ ਪੰਜਾਬ ਦੇ ਅੰਦਰ ਨਹੀਂ ਪੂਰੇ ਦੇਸ਼ ਦੇ ਅੰਦਰ ਇੱਕ ਅੰਦੋਲਨ ਚਲਾ ਰਹੇ ਹਾਂ ਜਿਹੜੇ ਅੰਦੋਲਨ ਦਾ ਨਾਂ ਹੈ ਔਰਤ ਕਰਜ਼ਾ ਮੁਕਤੀ ਅੰਦੋਲਨ ਇਸ ਅੰਦੋਲਨ ਰਾਹੀਂ ਅਸੀਂ ਮੰਗ ਕਰ ਰਹੇ ਹਾਂ ਕਿ ਸਰਕਾਰ ਨੇ ਜਿਹੜਾ ਲੋਕਡਾਊਨ ਕੀਤਾ 23 ਮਾਰਚ ਨੂੰ ਇਸ ਲੋਕਡਾਊਨ ਦੇ ਕਾਰਨ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋਇਆ ਉਹ ਗਰੀਬ ਪਰਿਵਾਰਾਂ ਨੂੰ ਹੋਇਆ ਕਿਉਂਕਿ ਗਰੀਬ ਪਰਿਵਾਰਾਂ ਦਾ ਸਾਰਾ ਕਾਰੋਬਾਰ ਠੱਪ ਹੋ ਚੁੱਕਿਆ ਜਿਹਨੇ ਉਹੀ ਕਮਾਉਣਾ ਸੀ ਉਹੀ ਖਾਣਾ ਸੀ ਉਹ ਸਾਰਾ ਕਾਰੋਬਾਰ ਠੱਪ ਹੋ ਗਿਆ ਔਰ ਸਰਕਾਰ ਨੇ ਇਸ ਲੋਕਡਾਊਨ ਦੇ ਵਿੱਚ ਗਰੀਬਾਂ ਦੀ ਕੱਖ ਮਦਦ ਨਹੀਂ ਕੀਤੀ ਨਾ ਰਾਸ਼ਨ ਭੇਜਿਆ ਨਾ ਨਕਦ ਪੈਸੇ ਦਿੱਤੇ ਨੇ ਨਾ ਦਵਾਈ ਦਿੱਤੀ ਹੈ ਔਰ ਰੁਜ਼ਗਾਰ ਜਿਹੜਾ ਖੁੱਸ ਗਿਆ ਗਰੀਬਾਂ ਦਾ ਉਹ ਵੱਡਾ ਨੁਕਸਾਨ ਹੋ ਗਿਆ ਔਰ ਗਰੀਬ ਅੱਜ ਕਰਜ਼ੇ ਦੇ ਜਾਲ 'ਚ ਫਸੇ ਹੋਏ ਨੇ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਦੇ ਬੈਂਕਾਂ ਦੇ ਕਰਜ਼ਿਆਂ 'ਚ ਸਰਕਾਰ ਨੇ ਵੱਡੇ ਘਰਾਣਿਆਂ ਦਾ ਤਾਂ 68,700 ਕਰੋੜ ਦਾ ਕਰਜ਼ਾ ਇਹ ਕਹਿ ਕੇ ਮਾਫ਼ ਕਰਤਾ ਵੀ ਇਹਨਾਂ ਦੇ ਕਾਰਖਾਨੇ ਬੰਦ ਹੋ ਗਏ ਇਹਨਾਂ ਨੂੰ ਘਾਟਾ ਪੈ ਗਿਆ ਪਰ ਜਿਹੜੇ ਗਰੀਬ ਦੀ ਦੁਕਾਨ ਬੰਦ ਹੋ ਗਈ ਜਿਹਦੀ ਦਿਹਾੜੀ ਬੰਦ ਹੋ ਗਈ ਜਿਹਦਾ ਰਿਕਸ਼ਾ ਬੰਦ ਹੋ ਗਿਆ ਜਿਹਦੀ ਰੇਹੜੀ ਬੰਦ ਹੋ ਗਈ ਉਹ ਗਰੀਬ ਨੂੰ ਜਿਹੜਾ ਘਾਟਾ ਪਿਆ 3 ਮਹੀਨਿਆਂ ਦੇ ਵਿੱਚ ਉਹਦੇ ਬਾਰੇ ਸਰਕਾਰ ਨੇ ਜ਼ਬਾਨ ਤੱਕ ਨਹੀਂ ਖੋਲ੍ਹੀ ਅਸੀਂ ਮੰਗ ਕਰ ਰਹੇ ਇਹਨਾਂ ਇਕੱਠਾਂ ਰਾਹੀਂ ਰੈਲੀਆਂ ਰਾਹੀਂ ਮੀਟਿੰਗਾਂ ਰਾਹੀਂ ਕਿ ਜਿਵੇਂ ਅਮੀਰਾਂ ਦਾ ਕਰਜ਼ਾ ਮਾਫ਼ ਕੀਤਾ ਸਰਕਾਰ ਨੇ ਐਸੇ ਢੰਗ ਨਾਲ ਦੇਸ਼ ਦੇ ਗਰੀਬਾਂ ਦਾ ਕਰਜ਼ਾ ਵੀ ਮਾਫ਼ ਕਰੇ ਗਰੀਬਾਂ ਨੂੰ ਵੀ ਘਾਟਾ ਪਿਆ ਅਤੇ ਗਰੀਬਾਂ ਦਾ ਘਾਟਾ ਵੀ ਸਰਕਾਰ ਪੂਰਾ ਕਰੇ ਅਸੀਂ 31 ਅਗਸਤ ਨੂੰ ਪੂਰੇ ਪੰਜਾਬ ਦਾ ਇਕੱਠ ਕਰ ਰਹੇ ਹਾਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਮਨਪ੍ਰੀਤ ਬਾਦਲ ਦੇ ਹਲਕੇ 'ਚ ਮੰਗ ਪੱਤਰ ਆ ਜਿਹੜਾ 31 ਅਗਸਤ ਨੂੰ ਅਸੀਂ ਮਨਪ੍ਰੀਤ ਬਾਦਲ ਵਿੱਤ ਮੰਤਰੀ ਨੂੰ ਜਮ੍ਹਾਂ ਕਰਾਉਣਾ ਉਹਨਾਂ ਨੂੰ ਦੇਣਾ ਗਾ ਉਹਦੀ ਤਿਆਰੀ ਦੇ ਵਿੱਚ ਅੱਜ ਇਹ ਇਕੱਠ ਸੀਗਾ ਧਮਦੋੜ ਦੀ ਸਟੇਡੀਅਮ ਦੇ ਵਿੱਚ ਭਗਵਾਨ